ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮਿਲੋ ਜੀ ਕਾਲੂ ਬਾਈ ਨੂੰ, ਜੋ ਕਿ ਅੱਜ ਸਾਡੇ ਘਰ ਦੇ ਵਿੱਚ ਸੀਸੀਟੀਵੀ ਕੈਮਰੇ ਲਾਉਣ ਵਾਸਤੇ ਆਇਆ। ਬਾਈ ਨਾਲੇ ਦੋ ਬੰਦੇ ਹੋਰ ਆਏ ਨੇ। ਕੀ ਹਾਲ ਹੈ ਬਾਈ? ਵਧੀਆ ਬਾਈ। ਮੈਨੂੰ ਤੁਹਾਡਾ ਨਾਮ ਨਹੀਂ ਪਤਾ, ਨਾਮ ਦੱਸ ਦੂੰਗੇ ਆਪਣਾ। ਰਵਿੰਦਰ। ਰਵੀ ਤੁਹਾਡਾ? ਹੈਂ? ਹਰਿੰਦਰ ਸਿੰਘ। ਤੇ ਕਾਲੇ ਕਿੰਨਾ ਕੁ ਟਾਈਮ ਹੋ ਗਿਆ ਤੈਨੂੰ ਇਹ ਕੰਮ ਕਰਦੇ ਨੂੰ, ਕੈਮਰੇ ਲਾਉਣ ਦਾ, ਕੰਪਿਊਟਰਾਂ ਦਾ? ਬੜਾ ਆਲਰਾਊਂਡਰ ਬਾਈ ਬੰਦਾ ਸਾਹਮਣੇ ਵਾਲਾ। ਤਕਰੀਬਨ 8 ਤੋਂ 10 ਸਾਲ ਹੋ ਗਏ। 8 ਤੋਂ 10 ਸਾਲ ਹੋ ਗਏ ਕੰਪਿਊਟਰ ਰਿਪੇਅਰ ਕਰਦੇ ਤੇ ਸੀਸੀਟੀਵੀ ਵਗੈਰਾ ਦੇ। ਸੀਸੀਟੀਵੀ ਕੈਮਰੇ ਦੇ ਕਿਹੜੀ ਕੰਪਨੀ ਦੇ ਲਾਉਂਦੇ ਆਪਣੇ? ਇੱਕ ਵਿਜਨ ਆ, ਬਾਕੀ ਡਿਮਾਂਡ ਤੇ ਅਗਰ ਜੋ ਕੋਈ ਕਹਿੰਦਾ ਹੈ ਉਹ ਜਿੱਦਾਂ। ਹਾਂ ਜਿੱਦਾਂ। ਤੇ ਰੋਪੜ ਦੇ ਵਿੱਚ ਆਪਣੀ ਕਿੱਥੇ ਪੈ ਜੀ ਦੁਕਾਨ? ਕੰਪਿਊਟਰ ਵਰਲਡ ਹੈ ਨਾ? ਕੰਪਿਊਟਰ ਵਰਲਡ, ਬੱਚਿਆਂ ਦਾ ਡਾਕਟਰ ਸਰਦਾਨਾ ਹੈ, ਹਸਪੀਟਲ ਰੋਡ ਤੇ, ਉੱਥੇ ਸਾਹਮਣੇ ਆਪਣੇ ਬਿਲਕੁਲ ਉਹਦੇ। ਜਿਹੜਾ ਬਾਈ ਸਾਡਾ ਵੀਡੀਓ ਦੇਖ ਕੇ ਇਹਨਾਂ ਕੋਲ ਲਵਾਉਣ ਜਾਊਗਾ, ਉਹਨੂੰ ਸਪੈਸ਼ਲ ਡਿਸਕਾਊਂਟ ਦਿੱਤਾ ਜਾਊਗਾ ਨਾ? ਜੀ ਬਿਲਕੁਲ। ਅਸੀਂ ਵੀਡੀਓ ਦੇਖ ਕੇ ਆਏ ਆ, ਤੁਸੀਂ ਸਾਨੂੰ ਡਿਸਕਾਊਂਟ ਦਿਓ। ਡਿਸਕਾਊਂਟ? ਹਾਂ। ਚਲੋ ਬਾਈ ਆਪਣਾ ਬਾਈ ਚੱਕੇ ਬਾਈ ਸਮਾਨ ਚੱਕੀ ਫਿਰਦੇ ਆ, ਅਤੇ ਮੈਂ ਤੁਹਾਨੂੰ ਗੱਲਾਂ 'ਚ ਪਾ ਲਿਆ ਆਉਂਦੀ ਸਾਰੇ। ਇਹ ਕਾਲੇ ਬਾਈ ਅੱਜ ਕੱਲ੍ਹ ਕਿਉਂ ਜ਼ਰੂਰੀ ਹੋ ਗਏ ਕੈਮਰੇ ਲਗਾਉਣੇ ਆਪਣੇ ਘਰ ਦੇ ਵਿੱਚ? ਇਹ ਹੁਣ ਤੁਹਾਨੂੰ ਪਤਾ ਹੀ ਹੈ ਵੀ ਜੋ ਵਾਰਦਾਤਾਂ ਕੁਛ ਬਹੁਤ ਜ਼ਰੂਰੀ ਨੇ, ਕਿਉਂਕਿ ਸੇਫਟੀ ਪੱਖੋਂ ਬਾਕੀ ਕੋਈ ਵੀ ਵਾਰਦਾਤ ਹੁੰਦੀ ਆ, ਕੋਈ ਲੰਘਦਾ ਇੱਥੋਂ ਦਾ ਬਾਰੇ ਸਭ ਕੁਛ ਪਤਾ ਲੱਗਦਾ। ਪਤਾ ਲੱਗ ਜਾਂਦਾ, ਪਤਾ ਲੱਗ ਜਾਂਦਾ। ਬਾਹਰ ਕੱਢ ਲਾ ਫਿਰ, ਬਾਹਰ ਕੱਢ ਲਾ ਪਲੱਗ ਉਹਨੂੰ। ਇਸੀ ਕੰਪਨੀ ਦਾ DVR ਅਤੇ ਕੈਮਰੇ ਨੇ। ਚਲੋ ਮੈਂ ਕੰਮ ਤਾਂ ਹੁੰਦੇ ਰਹਿਣਗੇ, ਮੈਂ ਕਿਹਾ ਬਾਈਆਂ ਨੂੰ ਪਹਿਲਾਂ ਖਾਣਾ ਪਾਣੀ ਖਿਲਾਇਆ ਜਾਵੇ। ਲਓ ਜੀ ਹੁਣ ਜੋ ਕੈਮਰੇ ਅਸੀਂ ਲੱਗਣੇ ਉਹਨਾਂ ਦੀ ਅਨਬੋਕਸਿੰਗ ਕਰਦੇ ਹਾਂ, ਉਹ ਤੁਹਾਨੂੰ ਦੱਸਦੇ ਹਾਂ। ਅਤੇ ਦੋ ਤਰ੍ਹਾਂ ਦੇ ਕੈਮਰੇ ਆਪਣੇ ਕੋਲ, ਇੱਕ ਤਾਂ ਜਿਹੜਾ ਆਹ ਲੱਗੂ ਬਾਹਰ ਆਊਟਡੋਰ ਲੱਗੂ, ਆਹ ਲੱਗੂ ਇਨਡੋਰ, ਠੀਕ ਹੈ ਜੀ। ਆਹ ਥੋੜ੍ਹਾ ਛੋਟਾ ਹੁੰਦਾ ਜਿਹੜਾ ਇਨਡੋਰ ਲੱਗਦਾ, ਕਿ ਪਾਣੀ ਦਾ ਲੋੜ ਨਹੀਂ ਹੁੰਦੀ ਹੈਗੀ, ਇਹਨਾਂ ਪਰ ਛਤਰੀ ਲੱਗੀ ਹੁੰਦੀ ਬਾਈ, ਹੈ ਨਾ? ਇਹਨਾਂ ਪਰ ਛਤਰੀ ਲੱਗੀ ਹੁੰਦੀ ਹੈ, ਪਾਣੀ ਤੋਂ ਵੀ ਵਾਟਰਪਰੂਫ ਹੁੰਦੇ ਆ। ਅਤੇ ਦੂਜੇ ਹੁੰਦੇ ਜਿਹੜੇ ਅੰਦਰ ਲੱਗਦੇ ਇਹ, ਦੇਖੋ ਆਹ ਸਮਾਨ ਇਹਨਾਂ ਦੇ ਨਾਲ, ਤਾਰਾਂ ਤੂਰਾਂ ਲੱਗੀਆਂ ਹੋਈਆਂ। ਕਿੰਨੇ ਮੈਗਾ ਪਿਕਸਲ ਦੇ ਵੀਰੇ ਇਹ? ਅੱਛਾ, 2 ਮੈਗਾ ਪਿਕਸਲ ਦੇ ਕੈਮਰੇ ਆ। ਅਤੇ ਨਾਈਟ ਵਿਜ਼ਨ ਵੀ ਹੈ ਨਾ ਜੀ? ਨਾਈਟ ਵਿਜ਼ਨ ਹੈ। ਲੈ ਵੀਰੇ ਆ ਲਾਉਂਗੇ ਪਹਿਲਾਂ, ਆ ਲਾ ਇਹ ਕੈਮਰਾ। ਚਲੋ ਜਦ ਲੱਗ ਜੂ, ਉਹ ਜਦ ਦਿਖਾਉਂ ਤੁਹਾਨੂੰ ਮੈਂ ਇੱਕ ਆਹ ਕੈਮਰਾ ਇਹਦੇ ਵਿੱਚ ਪਿਆ। ਲਓ ਜੀ ਸਾਡਾ ਇੱਕ ਕੈਮਰਾ ਫਿੱਟ ਹੋ ਚੁੱਕਿਆ, ਹੁਣ ਕੋਈ ਚੋਰ ਨਹੀਂ ਬਚ ਸਕਦਾ। ਐਂ ਕਾਲੇ ਬਾਈ? ਹਾਂਜੀ ਬਿਲਕੁਲ। ਹੁਣ ਵੀ ਆ ਕੇ ਤਾਂ ਦਿਖਾਵੇ ਘਰ ਦੇ ਵਿੱਚ, ਜਦੋਂ ਪਛਾਣ ਲੈਣਾ ਵੀ ਆ ਕਾਲਾ ਬਾਈ ਘਰ 'ਚ ਆਇਆ ਹੋਇਆ। ਠੀਕ ਹੈ। ਹਾਂ ਆ ਲੱਗ ਗਿਆ ਜੀ ਕੈਮਰਾ ਸਾਹਮਣੇ, ਹੁਣ ਤਾਰਾਂ ਫਿੱਟ ਹੋ ਜਾਣੀ ਇਹਦੇ ਵਿੱਚ, ਅਤੇ ਅੰਦਰ ਤਾਰਾਂ ਜੋੜਦੇ ਹਾਂ। ਆਹ ਜਿਹੜਾ ਕੈਮਰਾ ਮੈਂ ਦੱਸਣਾ ਚਾਹੁੰਦਾ, ਇਹ ਮੈਂ ਨੋਰਵੇ 'ਤੇ ਲਿਆਇਆ ਤਾ, ਇਹ ਵੀ ਹੁਣ ਅਸੀਂ ਫਿੱਟ ਹੀ ਕਰ ਦੇਣਾ ਬਾਈ, ਠੀਕ ਹੈ? ਇਹ ਮੈਂ ਨੋਰਵੇ 'ਤੇ ਲਿਆਇਆ ਤਾ, ਫਿੱਟ ਕਰਿਆ ਨਹੀਂ ਸੀ, ਅਤੇ ਅੱਜ ਇਹ ਵੀ ਹੁਣ ਫਿੱਟ ਹੀ ਕਰਾਂਗੇ ਵਿੱਚ। ਹਾਂ, ਲਓ ਜੀ ਹੁਣ ਇਹਦੀ ਫਿਟਿੰਗ ਹੋਣ ਲੱਗੀ ਆ। ਬਾਈ ਐਕਚੁਲੀ ਮੈਂ ਗੱਲ ਦੱਸ ਦਿੰਦਾ, ਮੇਰਾ ਬੈਸਟ ਫਰੈਂਡ ਨਹੀਂ ਤਾਂ ਹੈਗਾ, ਵਿੱਕੀ ਦਾ ਬੈਸਟ ਫਰੈਂਡ ਸੀ, ਉਸ ਤੋਂ ਥਰੂ ਬਾਈ ਮੇਰਾ ਬੈਸਟ ਫਰੈਂਡ ਬਣਿਆ, ਠੀਕ ਹੈ? ਅਤੇ ਹੁਣ ਵਿਕਰਮ ਸਿੰਘ ਆ ਗਿਆ, ਅਤੇ ਮੇਰੋ ਬਾਈ ਕਰੋ ਗੱਲਾਂ ਤੁਸੀਂ ਆਪਣੇ ਜਿਹੜੇ ਕਰਨੇ ਪ੍ਰਾਈਵੇਟ। ਲਓ ਜੀ ਕੈਮਰੇ ਦਾ ਹੋ ਗਿਆ ਫਿੱਟ, ਪਾਵਲੇ ਬਾਈ ਨੇ 2 ਵਾਰ ਤਾਂ ਚਾਹ ਪਿਲਾ ਦਿੱਤੀ, ਨਾਲ ਲੱਡੂ ਵੀ ਖੜਾਏ। ਪਾਵਲੇ ਬਾਈ ਝੂਠ ਬੋਲਦਾ ਮੈਂ ਸੱਚ? ਨਹੀਂ ਸਹੀ ਗੱਲ ਹੈ, ਲੱਡੂ ਖੜਾਏ ਨਾ ਬਾਈ? ਬਿਲਕੁਲ ਬਿਲਕੁਲ। ਵਿੱਕੀ ਨੂੰ ਨਹੀਂ ਖੜਾਏ ਹੈਗੇ ਨਾ? ਵਿੱਕੀ ਨਾ ਚਾਹ ਪੀਂਦਾ ਨਾ ਦੁੱਧ ਪੀ ਲੈਂਦਾ ਨਾ? ਚਾਹ ਦੀ ਬੰਦ ਹੋਈ ਹੋਈ ਹੈ ਉਹ। ਹਾਂ ਵਿੱਕੀ, ਯਾਰ ਦਰਸ਼ਕ ਬਹੁਤ ਜਾਣਨਾ ਚਾਹੁੰਦੇ ਤੇ ਤੇਰੀਆਂ ਪੱਥਰੀਆਂ ਦਾ ਦੱਸ ਯਾਰ। ਪੱਥਰੀਆਂ ਦਾ ਦੇਸੀ ਟ੍ਰੀਟਮੈਂਟ ਚੱਲਦਾ, ਹੁਣ 15 ਦਿਨ ਤੱਕ ਅਲਟਰਾਸਾਊਂਡ ਹੋਊਗਾ, ਉਹਦੇ ਬਾਅਦ ਪਤਾ ਲੱਗੂਗਾ ਵੀ ਕੀ ਬਣਿਆ ਇਹਨਾਂ ਦਾ। ਠੀਕ ਠੀਕ ਸੁਣ ਲਓ ਭਾਈ, ਇਹਨੇ ਐਂ ਕਿਹਾ ਹੁਣ
ਲਓ ਜੀ ਹੁਣ ਕਰਦੇ ਹਾਂ ਜੀ ਆਪਾਂ ਕੈਮਰੇ ਦੀ ਗੱਲ ਵੀ ਕੁਝ ਸਕਿਉਰਟੀ ਕਾਰਨ ਕਰਕੇ ਅਸੀਂ ਕੁਝ ਸੀਕਰੇਟ ਅਸੀਂ ਨਹੀਂ ਦੱਸ ਸਕਦੇ ਹੈਗੇ ਇਹਨਾਂ ਬਾਰੇ ਜੇ ਆਪਾਂ ਸਾਰਾ ਕੁਝ ਦੱਸਤਾ ਫਿਰ ਤਾਂ ਕੈਮਰਾ ਲਾਇਆ ਕਿਆ ਫਾਇਦਾ ਹੈ ਭਾਅ ਜੀ ਬਿਲਕੁਲ ਜੀ ਪਰ ਹਾਂ ਜੇ ਕਿਸੇ ਨੇ ਕੈਮਰੇ ਲਵਾਉਣੇ ਹੋਣ ਉਹ ਸਾਨੂੰ ਆਪਣੇ ਕਮੈਂਟਾਂ ਦੇ ਵਿੱਚ ਆਪਣਾ ਟੈਲੀਫੋਨ ਨੰਬਰ ਦੇ ਦਿਓ ਬਾਈ ਉਹ ਕਮੈਂਟ ਤੈਅ ਪੜ੍ਹ ਕੇ ਉਹਨਾਂ ਬੰਦੇ ਨੂੰ ਟੈਲੀਫੋਨ ਬਾਈ ਕਰੂਗਾ ਵੀ ਜੇ ਕਿਸੇ ਨੇ ਕੈਮਰੇ ਲਵਾਉਣੇ ਹੋਣ ਬੜੇ ਸਸਤੇ ਹਾਂ ਹੁਣ ਜਾਣਾ ਖਰਚਾ ਅਲੱਗ ਵੀ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਆਪਣੇ ਕੈਮਰੇ ਵੀ ਇਹ ਜ਼ਰੂਰੀ ਹੋਏ ਹੋਏ ਨੇ ਵੀ ਚੱਲ ਪਿਆ ਸਪਲਾਈ ਚੱਲ ਪਈ ਉਹਦੇ ਵਿੱਚ ਵੀ ਕੈਮਰਾ ਜਿਹੜਾ ਬਾਹਰ ਨੌਰਵੇ ਵਾਲਾ ਨਾ ਪੂਰਾ ਕਿੰਨਾ ਵਿਊ ਦਿਖਾਉਂਦਾ ਉਹ 360 ਚਾਰੇ ਪਾਸੇ ਨੂੰ ਘੁੰਮਦਾ ਉਹ ਹੁਣ ਅਸੀਂ ਜਿਵੇਂ ਮੈਂ ਪਹਿਲਾਂ ਦੱਸ ਚੁੱਕਿਆ ਵੀ ਇੱਦਾਂ ਸੀਕਰਟ ਚੀਜ਼ਾਂ ਅਸੀਂ ਨਹੀਂ ਦੱਸ ਸਕਦੇ ਵਿੱਚ ਕੋਈ ਪ੍ਰਾਈਵੇਟ ਚੀਜ਼ਾਂ ਹੁੰਦੀਆਂ ਫਿਰ ਬੰਦੇ ਫਿਰ ਤਾਂ ਸੌਖੀ ਹੋ ਜਾਵੇ ਸਾਰਿਆਂ ਵਾਸਤੇ ਪਰ ਹਾਂ ਜੇ ਕਿਸੇ ਨੇ ਲਾਉਣਾ ਤਾਂ ਸਾਡੇ ਕੰਟੈਕਟ ਕਰਿਓ ਜਾਨ ਮਹਲ ਵਾਲੇ ਫੇਸਬੁੱਕ ਪੇਜ ਪਰ ਜਾਂ ਇੰਸਟਾਗ੍ਰਾਮ ਪਰ ਮੈਸੇਜ ਕਰਿਓ ਆਪਣਾ ਨੰਬਰ ਛੱਡਿਓ ਉਹ ਨੰਬਰ ਮੈਂ ਪਾਵਲੇ ਬਾਈ ਨੂੰ ਦਊਂਗਾ ਪਾਵਲਾ ਫਿਰ ਤੁਹਾਡਾ ਕੰਟੈਕਟ ਕਰੋ ਅਤੇ ਵੀ ਰੇਟ ਕਿੰਨੇ ਕੁ ਤੱਕ ਭਾਈ ਦੋ ਕੈਮਰੇ ਜੈਨੂਮ ਦਾ ਰੇਟ ਹੋਵੇ ਦੋ ਕੈਮਰਿਆਂ ਦਾ ਜਿਹੜਾ ਖਰਚਾ ਦੋ ਕੈਮਰੇ ਲਾਉਣੇ ਤਾਂ 12-13 ਹਜ਼ਾਰ ਰੁਪਏ ਖਰਚਾ ਉਹ ਡਿਪੈਂਡ ਕਰਦਾ ਹਾਰਡ ਡਿਸਕ ਹੁੰਦੀ ਉਹਦੇ ਪਰ ਡਿਪੈਂਡ ਕਰਦਾ ਤੁਸੀਂ ਉਹ ਕਿੰਨੇ ਟੀਵੀ ਦੀ ਪਾਉਂਦੇ ਹੋ ਜੇ ਵੱਡੀ ਪਾਉਣੀ ਵੀ ਵੱਡੇ ਜ਼ਿਆਦਾ ਦਿਨ ਪਾਉਣੀ ਦੇਖਣੀ ਹੈ ਮਹਿੰਗੀ ਹੈ ਜੇ 500 MB ਵਾਲੀ ਪਾਉਣੀ ਹੈ ਉਹ ਫਿਰ ਥੋੜ੍ਹੀ ਸਸਤੀ ਹੈ ਵੀ ਤਕਰੀਬਨ ਖਰਚਾ ਵਿੱਚ ਲੇਬਰ ਪਾ ਕੇ ਸਾਰਾ ਕੁਝ ਪਾ ਕੇ 12-13 ਹਜ਼ਾਰ ਦੇ ਵਿੱਚ ਲੱਗ ਜਾਂਦਾ ਹੈ ਬਾਕੀ ਉਹ ਤੁਹਾਡੀ ਲੋਕੇਸ਼ਨ ਪਰ ਡਿਪੈਂਡ ਕਰਦਾ ਵੀ ਤੁਹਾਡੀ ਲੋਕੇਸ਼ਨ ਕਿੰਨੀ ਦੂਰ ਹੈ ਵੀ 20-25 ਕਿਲੋਮੀਟਰ ਦਾ ਆਪਾਂ ਕਵਰ ਕਰ ਲਵਾਂਗੇ ਰੋਪੜ ਤੋਂ 20-25 ਕਿਲੋਮੀਟਰ ਤੱਕ ਨੂੰ ਆਰਾਮ ਨਾਲ ਹਾਂ 20-50 ਤੱਕ ਵੀ ਚੱਲ ਜੂ ਕੋਈ ਚੱਕਰ ਨਹੀਂ ਅਨੰਦਪੁਰ ਸਾਹਿਬ ਤੱਕ ਨੂਰਪੁਰ ਬੇਦੀ ਤੱਕ ਉਹ ਫਿਰ ਇਹਦੇ ਵਿੱਚ ਸਾਡੇ 12 ਹਜ਼ਾਰ ਦੇ ਵਿੱਚ ਆ ਜਾਣਗੇ ਜੇ ਇਸ ਤੋਂ ਹਾਂ ਜੇ ਇਸ ਤੋਂ ਅੱਗੇ ਜਾਂਦੇ ਆ ਤਾਂ ਫਿਰ ਉਹਦਾ ਫਿਰ ਐਕਸਟਰਾ ਚਾਰਜ ਲੱਗਣਗੇ ਅਸੀਂ ਉਹ ਨਹੀਂ ਹੈਗਾ ਵੀ ਜ਼ਿਆਦਾ ਪੈਸੇ ਚਾਰਜ ਕਰਾਂਗੇ ਐਂ ਰੇਟ ਜੈਨੂਅਮ ਉਹ ਵੀ ਨਾ ਤਸੱਲੀ ਕਰ ਲਿਓ ਪਤਾ ਕਰ ਲਿਓ ਚਾਰੇ ਪਾਸੇ ਦੋ ਬੰਦੇ ਨਾਲ ਨੇ ਸਿਰਫ ਰੋਟੀ ਖਾਂਦੇ ਆ ਹੋਰ ਕੁਛ ਨਹੀਂ ਖਾਂਦੇ ਹੈਗੇ ਜੇ ਕੁਛ ਹੋਰ ਕੋਈ ਨੌਲੇਜ ਲੈਣੀ ਹੋਵੇ ਇਸ ਕੈਮਰੇ ਦੇ ਬਾਰੇ ਕੋਈ ਪੁੱਛਣਾ ਹੋਵੇ ਕਿ ਉਹ ਸੀਕਰਟ ਚੀਜ਼ ਅਸੀਂ ਨਹੀਂ ਦੱਸ ਸਕਦੇ ਵੀ ਜਦੋਂ ਕੋਈ ਬੰਦਾ ਅੰਦਰ ਵੜ ਜਾ ਅਲਾਰਮ ਬੈੱਲ ਵੱਜਦੀ ਆ ਢੂੰ ਢੂੰ ਕਰਨ ਲੱਗ ਜਾਂਦਾ ਉੱਚੀ ਉੱਚੀ ਬੋਲਣ ਲੱਗ ਜਾਂਦਾ ਕੈਮਰੇ ਦਾ ਕਲਿੱਪ ਜਦੋਂ ਫੋਨ ਪਰ ਆ ਜਾਂਦਾ ਵੀ ਜਾਂ ਕੋਈ ਬੰਦਾ ਐਂਟਰ ਕਰਦਾ ਬਹੁਤ ਚੀਜ਼ਾਂ ਇਹਦੇ ਵਿੱਚ ਮੈਂ ਲਵਾਈਆਂ ਇਹਦੇ ਵਿੱਚ ਕਿ ਇਹ ਮੈਂ ਦੱਸਣਾ ਚਾਹੁੰਦਾ ਮੈਂ ਕਿਉਂ ਲਵਾਇਆ ਕਿ ਹੁਣ ਦੇਖੋ ਯੂਟਿਊਬ ਕਰਕੇ ਬਹੁਤ ਬੰਦੇ ਮਿਲਣ ਆਉਂਦੇ ਆ ਇਸ ਕਰਕੇ ਫਿਰ ਔਖਾ ਹੋ ਜਾਂਦਾ ਸਰ ਹਰੇਕ ਬੰਦੇ ਤੁਹਾਨੂੰ ਰਿਕਾਰਡ ਰੱਖਣਾ ਪਏਗਾ ਵੀ ਕਿਹੜਾ ਬੰਦਾ ਆਇਆ ਕਿਹੜਾ ਬੰਦਾ ਗਿਆ ਕਿਆ ਚੀਜ਼ ਮੇਰਾ ਘਰ ਉਹ ਸਾਹਮਣੇ ਉਧਰ ਹੈ ਠੀਕ ਹੈ ਜੀ ਤੇ ਹੁਣ ਅਸੀਂ ਇੱਥੇ ਚੈੱਕ ਕਰਨ ਲੱਗੇ ਹਾਂ ਕੈਮਰਿਆਂ ਦਾ ਵਿਊ ਸਾਫ ਨਹੀਂ ਦਿਖ ਰਹੇ ਹੈਗੇ ਦੇਖੋ ਅਸੀਂ ਹੁਣ ਇੱਥੇ ਬੈਠੇ ਚੈੱਕ ਕਰ ਲਾਂਗੇ ਕਿਹੜੇ ਕਿਹੜੇ ਕੈਮਰੇ ਕਿਆ ਚੱਲਦਾ ਅੰਦਰ ਘਰ ਦੇ ਵਿੱਚ ਕੌਣ ਕੌਣ ਘੁੰਮਦਾ ਫੋਨ ਲੋਡਿੰਗ ਹੋ ਰਿਹਾ ਦੇਖੋ ਜੀ ਇਹ ਫਰਕ ਹੁੰਦਾ ਹੁਣ ਜਿੱਥੇ ਬੈਠਾ ਮਰਜ਼ੀ ਮੈਂ ਆਪਣੇ ਫੋਨ ਪਰ ਦੇਖ ਸਕਦਾ ਇਹ ਵੀਡੀਓ ਬੰਦ ਕਰਨ ਤੋਂ ਬਾਅਦ ਅਸੀਂ ਚੈੱਕ ਕਰਨ ਲੱਗੇ ਹੋਏ ਸੀ ਐਂ ਠੀਕ ਦਾ ਚਲੋ ਵਧਾਈਆਂ ਹੁਣ ਬਾਈ ਤੇਰੇ ਦੋਸਤ ਦੇ ਘਰਾਂ ਕੈਮਰੇ ਲੱਗ ਗਏ ਕਹਿੰਦਾ ਹੁਣ ਅਸੀਂ ਆਉਂਦੇ ਜਾਂਦੇ ਰਹਾਂਗੇ ਹੁਣ ਤਾਂ ਤੁਸੀਂ ਕੈਮਰੇ ਦੀ ਨਿਗਾਹ 'ਚ ਬੈਠ ਨਹੀਂ ਸਕਦੇ ਹੈਗੇ ਹੁਣ ਮੈਨੂੰ ਲਿਖ ਕੇ ਲਾਉਣਾ ਪੈਣਾ ਤੁਸੀਂ ਕੈਮਰੇ ਦੀ ਨਿਗਰਾਨੀ 'ਚ ਕੋਈ ਗਲਤ ਹਰਕਤ ਨਾ ਕਰਿਓ ਤੁਸੀਂ ਕੈਮਰੇ ਦੀ ਨਿਗਰਾਨੀ 'ਚੋਂ ਮੇਨ ਗੇਟ ਦੇ ਉੱਪਰ ਦੀ ਸਾਈਡ ਲਿਖ ਦੇ ਹਾਂ ਉੱਥੇ ਲਿਖਣਾ ਪੈਣਾ ਜ਼ਰੂਰੀ ਹੈ ਨਾ ਇਹ ਪਰ ਇੱਕ ਇਹ ਹੈ ਵੀ ਤੁਹਾਨੂੰ ਥੋੜ੍ਹਾ ਜਿਹਾ ਹੋ ਰਹਿਣਾ ਵੀ ਜੇ ਕੋਈ ਵੀ ਲੰਘਿਆ ਕਿਸੇ ਦੀ ਵੀ ਵਾਰਦਾਤ ਹੋਈ ਆ ਤਾਂ ਉਹਨਾਂ ਤੁਹਾਡੇ ਕੋਲ ਆਜੇ ਕਰਨਾ ਭਾਜੀ ਰਿਕਾਰਡਿੰਗ ਚੈੱਕ ਕਰੋ ਰਿਕਾਰਡਿੰਗ ਚੈੱਕ ਕਰੋ ਚਲੋ ਕੋਈ ਨਾ ਫਿਰ ਤੁਹਾਨੂੰ ਪੈਸੇ ਲੈ ਕਰਾਂਗੇ ਸਰ ਪੈਸੇ ਹਾਂ ਜਾਂ ਸੇਵਾ ਕਰ ਸਕਦੇ ਆ ਜਾਂ ਸੇਵਾ ਕਰ ਸਕਦੇ ਜਾਂ ਪੈਸੇ ਲੈ ਸਕਦੇ ਚਲੋ ਕੋਈ ਨਾ ਫਿਰ ਤਾਂ ਜੇ ਤੂੰ ਬੜੀ ਵਾਰਦਾਤ ਆ ਫਿਰ ਪੈਸੇ ਫਿਰ 1,00,000 ਰੁਪਇਆ ਪੱਕਾ ਹਾਂ 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 ਜੇ ਛੋਟੀ ਮੋਟੀ ਚੱਲ ਕੋਈ ਨਹੀਂ ਚਲੋ ਰੱਬ ਸੁੱਖ ਰੱਖੇ ਇੱਦਾਂ ਦਾ ਕੰਮ ਆ ਵੀ ਨਾ ਯਾਰ
ਇਹਦਾ ਵੈਸੇ ਚਲੋ ਓਹਲੇ ਨੂੰ ਲਾਉਣੇ ਪੈਂਦੇ ਆ।